ਸਤਿ ਸ੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਮਰਾਲਾ ਦੀ ਜੋਗੀ ਪੀਰ ਗਊਸ਼ਾਲਾ ਵਿਖੇ ਜ਼ਹਿਰੀਲਾ ਚਾਰਾ ਖਾਣ ਨਾਲ 14 ਗਊਆਂ ਦੀ ਮੌਤ ਹੋ ਗਈ ਹੈ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਲੁਧਿਆਣਾ ਤੋਂ ਪੁੱਜੀ ਉੱਚ ਪੱਧਰੀ ਡਾਕਟਰੀ ਟੀਮ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਚਾਰੇ ਦੇ ਨਾਲ ਨਾਲ ਤੂੜੀ ਦੇ ਸੈਂਪਲ ਵੀ ਲਏ ਮੌਕੇ 'ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗਾਵਾਂ ਦੀ ਹੋਈ ਮੌਤ ਦੀ ਸੱਚਾਈ ਜਾਣਨ ਲਈ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ ਗਊਸ਼ਾਲਾ ਦੇ ਮੁਲਾਜ਼ਮ ਸ਼ੰਭੂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਗਊਆਂ ਨੂੰ ਚਾਰਾ ਪਾਇਆ ਗਿਆ ਸੀ ਸਵੇਰੇ ਦੇਖਿਆ ਤਾਂ 14 ਗਊਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪ੍ਰਬੰਧਕ ਕਮੇਟੀ ਨੂੰ ਦੱਸਿਆ ਗਿਆ ਗਊਸ਼ਾਲਾ ਦੇ ਮੈਨੇਜਰ ਸੋਮਨਾਥ ਸ਼ਰਮਾ ਨੇ ਦੱਸਿਆ ਕਿ ਗਊਆਂ ਦੀ ਮੌਤ ਦੀ ਸੂਚਨਾ ਸਥਾਨਕ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ ਇਸ ਮਗਰੋਂ ਇੱਕ ਟੀਮ ਆਈ ਜਿਸ ਨੇ ਤੂੜੀ ਅਤੇ ਚਾਰੇ ਦੇ ਸੈਂਪਲ ਲਏ ਚਾਰੇ 'ਚ ਕੋਈ ਜ਼ਹਿਰੀਲੀ ਚੀਜ਼ ਹੋਣ ਦਾ ਸ਼ੱਕ ਜਿਹੜਾ ਆ ਉਹ ਜ਼ਾਹਰ ਕੀਤਾ ਗਿਆ ਆ ਆਮ ਜਨਤਾ ਵੱਲੋਂ ਮੈਨੇਜਰ ਅਨੁਸਾਰ ਇਹ ਚਾਰਾ ਦੁਧਾਰੂ ਗਊਆਂ ਨੂੰ ਨਹੀਂ ਪਾਇਆ ਗਿਆ ਸੀ ਜਿਸ ਕਰਕੇ ਬਾਕੀ ਗਊਆਂ ਬਚ ਗਈਆਂ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਹਾਂਜੀ ਅਸੀਂ ਇਹਨਾਂ ਪੱਠਿਆਂ ਨੂੰ ਟੈਸਟ ਕੀਤਾ ਹੈ ਜਿਹੜਾ ਕਿ ਸਾਨੂੰ ਦੱਸਿਆ ਗਿਆ ਰਾਤ ਨੂੰ ਹੀ ਪਸ਼ੂ ਬਿਲਕੁਲ ਠੀਕ ਸੀ ਸਵੇਰੇ 12 ਗਾਈਆਂ ਦੀ ਮੌਤ ਹੋਈ ਹੈ ਇਸ ਕਰਕੇ ਅਸੀਂ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਤੋਂ ਇੱਥੇ ਆਏ ਹਾਂ ਮੈਂ ਪੈਥੋਲੋਜਿਸਟ ਹਾਂ ਅਸੀਂ ਟੈਸਟ ਕੀਤਾ ਹੈ ਇਸ ਟੈਸਟ ਨੂੰ ਨਾਈਟਰੇਟ ਲਈ ਟੈਸਟ ਕੀਤਾ ਜਾਂਦਾ ਹੈ ਜਿਹਦੇ ਵਿੱਚ ਸ਼ਾਮ ਨੂੰ ਜੇ ਪਸ਼ੂ ਬਿਲਕੁਲ ਠੀਕ ਹੋਵੇ ਸਵੇਰੇ ਇੱਕਦਮ ਮੌਤ ਹੋ ਜਾਂਦੀ ਹੈ ਉਹਦੇ ਟੈਸਟ ਲਈ ਅਸੀਂ DPN ਰੀਏਜੈਂਟ ਦਾ ਇਸਤੇਮਾਲ ਕਰਦੇ ਹਾਂ ਪੱਠਿਆਂ ਨੂੰ ਲੈ ਕੇ ਅਸੀਂ ਉਹਦੇ DPN ਰੀਏਜੈਂਟ ਪਾਇਆ ਜਿਹਦੇ ਨਾਲ ਇਹ ਕਲਰ ਡਾਰਕ ਬਲੂ ਜਾਂ ਵਾਇਲਟ ਕਲਰ ਦਾ ਹੋ ਗਿਆ ਜਿਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਇਹ ਪਸ਼ੂਆਂ ਦੀ ਮੌਤ ਨਾਈਟਰੇਟ ਪੋਇਜ਼ਨਿੰਗ ਨਾਲ ਹੋਈ ਹੈ ਨਹੀਂ ਜੀ ਉਹ ਇੱਕ ਵੱਖਰੀ ਵਾਇਰਲ ਡਿਜ਼ੀਜ਼ ਹੈ ਵਾਇਰਲ ਡਿਜ਼ੀਜ਼ ਦਾ ਪੋਇਜ਼ਨਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਇੱਕ ਵਾਇਰਸ ਨਾਲ ਫੈਲਦੀ ਹੈ ਇਹ ਇੱਕ ਪੋਇਜ਼ਨ ਹੈ ਜਿਹਨੂੰ ਕਹਿੰਦੇ ਆ ਨਾਈਟਰੇਟ ਜਿਹੜੇ ਪੱਠਿਆਂ 'ਚ ਪਾਇਆ ਜਾਂਦਾ ਹੈ ਜੇ ਪੱਠਿਆਂ 'ਚ ਆਪਾਂ ਨਾਈਟਰੇਟ ਟੌਕਸਿਟੀ ਹੋਏਗੀ ਉਹਦੇ ਨਾਲ ਪਸ਼ੂ ਮਰਦੇ ਆ LSD ਨਾਲ ਪਸ਼ੂ ਬਹੁਤ ਘੱਟ ਮਰਦੇ ਆ ਇਸ ਲਈ ਇਹ ਦੱਸਿਆ ਜਾਂਦਾ ਹੈ ਕਿ ਜਿਹੜੇ ਪਸ਼ੂ ਹਾਈਲੀ ਪ੍ਰੋਡਕਟਿਵ ਨੇ ਜਿਹੜੇ ਪਸ਼ੂ ਜ਼ਿਆਦਾ ਦੁੱਧ ਦੇਣ ਵਾਲੇ ਆ ਜਾਂ ਜ਼ਿਆਦਾ ਹਾਈਲੀ ਪ੍ਰੋਡਕਸ਼ਨ ਵਾਲੇ ਆ ਉਹ ਇਸ ਚਾਰੇ ਨੂੰ ਜ਼ਿਆਦਾ ਖਾਣਗੇ ਜਿਹੜੇ ਪਸ਼ੂ ਜ਼ਿਆਦਾ ਖਾਣਗੇ ਉਹਨਾਂ ਦੀ ਹੀ ਮੌਤ ਹੁੰਦੀ ਹੈ ਜਿਹੜੇ ਪਸ਼ੂ ਘੱਟ ਖਾਂਦੇ ਆ ਉਹਨਾਂ ਦੀ ਮੌਤ ਨਹੀਂ ਹੁੰਦੀ ਨਹੀਂ ਜੀ ਇਹਨਾਂ ਦਾ ਦੁੱਧ 'ਤੇ ਕੋਈ ਅਸਰ ਨਹੀਂ ਜਿਹੜੇ ਪਸ਼ੂ ਮਰ ਗਏ ਉਹੀ ਮਰਨਗੇ ਬਾਕੀ ਸਾਰੇ ਠੀਕ ਨੇ ਜਿਹੜੇ ਇਸ ਟਾਈਮ ਥੋੜੇ ਸੀਰੀਅਸ ਕੰਡੀਸ਼ਨ 'ਚ ਨੇ ਉਹਨਾਂ ਦੇ ਲਈ ਫਿਰ ਕੀ ਇਲਾਜ ਹੌਲੀ ਹੌਲੀ ਉਹਨਾਂ ਦਾ ਇੱਕ ਇਹਨਾਂ ਦਾ ਇੱਕ ਐਂਟੀਡੋਟ ਆਉਂਦਾ ਜਿਹਨੂੰ ਮਿਥਲਿਨ ਬਲੂ ਕਿਹਾ ਜਾਂਦਾ ਉਹ ਅਸੀਂ ਟ੍ਰੀਟਮੈਂਟ ਦੇ ਤੌਰ ਤੇ ਯੂਜ਼ ਕਰਾਂਗੇ ਇਹ ਹਾਈਲੀ ਇਫੈਕਟਿਵ ਹੈ ਟ੍ਰੀਟਮੈਂਟ ਲਈ ਇੱਕਦਮ ਪਸ਼ੂ ਬਿਲਕੁਲ ਠੀਕ ਹੋ ਸਕਦੇ ਹੁਣ ਕਿੰਨੇ ਪਸ਼ੂ ਦੀ ਡੈਥ ਹੋ ਚੁੱਕੀ ਹੈ ਹੁਣ ਇਹਨਾਂ ਨੇ ਅਕੋਰਡਿੰਗ ਟੂ ਹਾਂਜੀ 13 ਜਾਂ 14 ਪਸ਼ੂਆਂ ਦੀ ਡੈਥ ਹੋਈ ਹੈ ਬਾਕੀ ਅਸੀਂ ਦੇਖਾਂਗੇ ਜਿਵੇਂ ਵੀ ਪਤਾ ਲੱਗਦਾ ਬਾਕੀ ਸਭ ਠੀਕ ਨੇ ਪਸ਼ੂ ਦੇਖ ਲਏ ਨੇ ਚੈੱਕ ਕਰ ਲਏ ਨੇ ਹਾਂਜੀ ਡਾਕਟਰ ਸਾਹਿਬ ਇੱਥੇ ਆਏ ਆ ਪਹਿਲਾਂ ਵੀ ਸਵੇਰ ਦੇ ਇਹਨਾਂ ਨੇ ਦੇਖੇ ਆ ਬਾਕੀ ਪਸ਼ੂ ਠੀਕ ਹੈ CVS ਅਮਰਾਲੇ ਤੋਂ ਬੈਟਰੀ ਆਫਸਰ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਅੱਜ ਸਮਰਾਲਾ ਦੀ ਗਊਸ਼ਾਲਾ ਵਿੱਚ ਵਰਤੀ ਹੈ ਜਿੱਥੇ 13 ਤੋਂ 14 ਦੇ ਕਰੀਬ ਗਊਆਂ ਜਿੱਥੇ ਮਰ ਗਈਆਂ ਨੇ ਅਤੇ ਜਿਹੜੀ ਕਿ ਟੀਮ ਆਈ ਸੀ ਇੱਕ ਲੁਧਿਆਣੇ ਤੋਂ ਹੋਸਪਿਟਲ ਤੋਂ ਮੰਗਾਈ ਜਿਨ੍ਹਾਂ ਨੇ ਇੱਥੇ ਚਾਰੇ ਦਾ ਇੱਕ ਸੈਂਪਲ ਭਰਿਆ ਅਤੇ ਮੁੱਢਲੀ ਜਾਂਚ ਉਹਨਾਂ ਨੇ ਇਹ ਕਿਹਾ ਵੀ ਚਾਰੇ ਦੇ ਵਿੱਚ ਜਾਂ ਯੂਰੀਏ ਦੀ ਜਾਂ ਕਿਸੇ ਹੋਰ ਐਸਿਡ ਦੀ ਅਜਿਹੀ ਮਾਤਰਾ ਵੱਧ ਸੀ ਜਿਹਦੇ ਕਰਕੇ ਖਾਣ ਕਰਕੇ ਜਿਹੜੀ ਗਊ ਸਾਡੇ ਇੱਥੇ 13 ਤੋਂ 14 ਦੇ ਕਰੀਬ ਜਿਨ੍ਹਾਂ ਦਾ ਕਿ ਮਰ ਚੁੱਕੀਆਂ ਨੇ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਬਾਕੀ ਕਈ ਹਜੇ ਥੋੜ੍ਹੀਆਂ ਬਿਮਾਰ ਵੀ ਨੇ ਪਰ ਇੱਕ ਬਹੁਤ ਮੰਦਭਾਗੀ ਗੱਲ ਆ ਦੇਖੋ ਇਹ ਜਿਹੜੀਆਂ ਸੰਸਥਾਵਾਂ ਨੇ ਹੁਣ ਅਸੀਂ ਜੇ ਕਿਸੇ ਵੀ ਚੀਜ਼ ਦੀ ਕੋਈ ਵੀ ਚੀਜ਼ ਪਰਚੇਜ਼ ਕਰਦੇ ਹਾਂ ਗਊ ਸੈਸ ਤਾਂ ਪੰਜਾਬ ਸਰਕਾਰ ਬਹੁਤ ਲੈਂਦੀ ਆ ਪਰ ਜਿਹੜੇ ਇੱਥੇ ਦੇ ਪ੍ਰਬੰਧ ਹੁੰਦੇ ਆ ਜੋ ਇੱਥੇ ਦੀ ਲੋਕਲ ਮੈਨੇਜਮੈਂਟ ਆ ਕੇਵਲ ਉਹੀ ਕਰਦੀ ਆ ਸਰਕਾਰਾਂ ਉਹਦੇ ਵਿੱਚ ਕੋਈ ਯੋਗਦਾਨ ਨਹੀਂ ਪਾਉਂਦੀਆਂ ਇਹਨਾਂ ਨੇ ਹੁਣ ਬੁਲਾਇਆ ਉਹਨਾਂ ਨੇ ਮੁੱਢਲੀ ਜਾਂਚ ਕਹਿਤਾ ਵੀ ਜਿਹੜਾ ਚਾਰਾ ਦਿੱਤਾ ਗਿਆ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਸੀ ਪਰ ਹੁਣ ਸਵਾਲ ਇਹ ਵੀ ਉੱਠਦੇ ਨੇ ਵੀ ਜਿਹੜਾ ਇਹ ਚਾਰਾ ਕਿਉਂਕਿ ਦਾਨ ਤਾਂ ਇੱਥੇ ਹਰ ਕੋਈ ਸੱਜਣ ਕਰਦਾ ਆਪਣੀ ਸ਼ਰਧਾ ਮੁਤਾਬਕ ਕਰਦਾ ਗਊ ਮਾਤਾ ਨੂੰ ਪੂਜਦੇ ਹੋਏ ਕਰਦਾ ਪਰ ਜੇ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹ ਤਾਂ ਸਰਕਾਰ ਨੂੰ ਵੀ ਸਖਤੀ ਕਰਨੀ ਚਾਹੀਦੀ ਆ ਅਤੇ ਮੈਂ ਆਪਣੇ ਵੱਲੋਂ ਬਹੁਤ ਦੁੱਖ ਦਾ ਪ੍ਰਗਟਾਵਾ ਇਸ ਗੱਲ 'ਤੇ ਕਰ ਰਿਹਾ ਕਿਉਂਕਿ ਜਿੱਥੇ ਅਸੀਂ ਇਹਨਾਂ ਨੂੰ ਪੂਜਦੇ ਹਾਂ ਉੱਥੇ ਅੱਜ ਜਿਸ ਹਾਲਤ 'ਚ ਉਹ ਵਿਚਾਰੀਆਂ ਅੱਜ ਇੱਥੋਂ ਮਰ ਗਈਆਂ ਨੇ ਅਤੇ ਇੱਥੋਂ ਪਏ ਨੇ ਉਹਨਾਂ ਦੇ ਬੋਡੀਆਂ ਇਸ ਟਾਈਮ ਉਹ ਦੇਖ ਕੇ ਬਹੁਤ ਹੀ ਦੁੱਖ ਹੁੰਦਾ ਪੱਠੇ ਜ਼ਿਆਦਾ ਤਿਆਰ ਕਰਨ ਲਈ ਪੈਸਟੀਸਾਈਡ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਜੀ ਹਰ ਜਗ੍ਹਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਇਹਦੇ ਬਾਰੇ ਤਾਂ ਆਪਾਂ ਜੇ ਤੁਸੀਂ ਘੋਖ ਕਰੋ ਤਾਂ ਆਪਣੀ ਜਿਹੜੀ ਪੰਜਾਬ ਦੀ ਧਰਤੀ ਹੈ ਇੱਥੇ ਆਪਾਂ ਕਈ ਵਾਰ ਕਈ ਵਿਸ਼ੇਸ਼ਕਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਆ ਵੀ ਆਪਾਂ ਜੋ ਯੂਰੀਆ ਦੀ ਜਾਂ ਪੈਸਟੀਸਾਈਡ ਦੀ ਜਾਂ ਵੀਡੀਸਾਈਡ ਦੀ ਵਰਤੋਂ ਕਰਦੇ ਹਾਂ ਉਹ ਕਿਤੇ ਨਾ ਕਿਤੇ ਸਾਡੇ ਲਈ ਹਾਨੀਕਾਰਕ ਆ ਜੋ ਮੁੱਢਲੀ ਜਾਂਚ ਇੱਥੇ ਵੀ ਆਇਆ ਕਿ ਉਹਦੇ 'ਚ ਅਜਿਹੀ ਕਿਸੇ ਪੈਸਟੀਸਾਈਡ ਦੀ ਮਾਤਰਾ ਜ਼ਿਆਦਾ ਸੀ ਜੇ ਵਾਕਈ ਉਹ ਕਾਰਨ ਆ ਤਾਂ ਇਹ ਦੇਖੋ ਵੀ ਜੇ ਵਿਚਾਰੇ
जिहड़े जानवर बोल नहीं सकते उन्हां ते तशद्दद थोड़ी ते साडे शरीरां ते की हुंदी होऊ। सो आपां नूं अपनी बनीरी नूं अपने इस जनरेशन नूं इस बारे सोचना पऊगा, क्योंकि जिवें हवा पाणी पंजाब दा पोल्यूट हो रिहा, इत्थे अजिहियां घटनावां हो रहियां ने, इह बहुत दुखदाई ते चिंता दा विशा आ। गऊ सैस हरे जगह ते लिया जांदा पर ध्यान कितें दा किसे दा नहीं। तुसीं वी दौरा कीता गऊशाला दा, की कहोगे इहदे बारे? देखो जिहड़ी इह गऊशाला, क्योंकि मैं वी इत्थे समागमां ते वी आउंदे आ, वैसे वी इत्थे आउंदे रहिंदे आ, साडे शहर दे विच आ, जदों देखी तो जो इत्थे दा प्रबंध आ केवल इत्थे दी कमेटी करदी आ, सरकार दा इस पक्षे जीरो योगदान आ। सो इहदा सरकारां नूं जिहड़े करोड़ां रुपया गऊ सैस दे नां ते इकट्ठा करदे, उहनां नूं चाहीदा वी इत्थे प्रबंध प्रॉपर कीते जाण, इत्थे डाक्टर प्रॉपर आउण, प्रबंध जिहड़े लोकल कमेटी केवल देखभाल लई चाहीदी आ पर पुख्ता प्रबंध, ते उहनां दा जो इत्थे वरत हो रहे ने फंड उहदी कल्ली कल्ली चीज़ की जानकारी इत्थे दे प्रशासन की जिम्मेवारी बनती है, पंजाब सरकार की जिम्मेवारी बनती है, जिथे किते ना किते अज दीआं सरकारां भजदीआं नज़र आ रहीआं। हाँ जी, की नाम जी? हाँ जी, मैं सोमनाथ शर्मा, मैनेजर जोगीपीर गऊशाला समराला। सोमनाथ जी, उरे तकरीबन 14-15 गऊं की डैथ हुई है, की कारण? ये देखो जी, अज सानूं सवेरे पता लग्या, रात बिल्कुल ठीक सी वह पशु, सवेरे साडे बंदे सारे रघुवीर चंद जी ने ना पिछे आके देखा तो मैंने फोन किया, कहिंदे 14-13 गऊं मर गईआं। उस तो बाद की होया, डॉक्टर साहब ने फोन किया, जो वैटनरी इत्थे हैगे ने वैटनरी डॉक्टर, वो आए, उन्होंने चैक करने तो बाद कहा भी लुधियाने तो टीम मंगाने कोई भी तुम इन्हों हले शिफ्ट ना करो जिते जिसे अगे लैके जाते जो मरे हुए पशु लैके जाते हैं, अभी शिफ्ट हूँ टीम लुधियाने तो आई थी, उन्होंने चैक किया, तूड़ी भी चैक की, तूड़ी ठीक है, पानी भी ठीक है, पर जोड़े कल पट्ठे पाए गए वो ही जहरीली चीज़ कोई सी, जिस करके जो साढ़िया 12-13 गवा मर गई। हाँ जी, आपका नाम क्या है? नाम शंभू कुमार। यहाँ गौशाला में काम करते? जी जी, यहीं पे काम करता हूँ। कितनी गऊ मौत होगी? गौ 14 का मौत हो गया। क्या कारण हुआ? वही रात को बस खाना खुना खिलाए, बस उसी कारण, बस सुबह में देखे तो 14 गौ मर गया, बस और कोई प्रॉब्लम नहीं। एक साथ ही सभी मरा? एक साथ ही मरा सभी। इसमें गऊ के बछड़े बुछड़े भी हैं? केवल एक बच्चा भी था, वैसे भी बच्चा भी मर गया, साथ ही दो बच्चा भी है। क्या लगता है कैसे मौत हुई होगी, कुछ पता? ये कुछ मालूम नहीं है, क्योंकि खाना पीना खिला दिए, बस रात को मर गया। यदि इसको कुछ भी प्रॉब्लम हो गए, ये तो इनको रात खाने में क्या डाला था इनके? यही चारा जो बाजरा था, तूरी था, उसी का सन्नी किए थे, बस खाना खुना खा लिया, या तो ज़्यादा खा लिया, इस करके हो गया, क्योंकि वह चंगा पला था, उस पर कोई ना बीमारी था, कुछ भी नहीं था, और चंगा पला था। ठीक।